हां जी डियर स्टूडेंट्स ਅੱਜ ਅਸੀਂ ਟਿੱਪਾ ਕਰਾਂਗੇ ਵੈਰੀ नाग ਦਾ ਪਹਿਲਾ ਝਲਕਾ ਤੇ ਇਸ ਕਵਤਾ ਦੇ ਸਰਲ ਅਰਥ ਭਾਈ ਵੀਰ ਸਿੰਘ ਜੀ ਦੀ ਕਵਤਾ ਇਹ ਲਿਖੀ ਹੋਈ ਹੈ ਉਸੇ ਤਰ੍ਹਾਂ ਹੀ ਇਹਦੇ ਵਿੱਚ ਪਹਿਲਾਂ ਆਪਾਂ ਪ੍ਰਸੰਗ ਲਿਖਾਂਗੇ ਇਹ ਕਾਵ ਟੋਟਾ ਆਗਨਿਕ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਜੀ ਦੀ ਲਿਖੀ ਕਵਤਾ ਵੈਰੀ नाग ਦਾ ਪਹਿਲਾ ਝਲਕਾ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਪਾਈ ਸੈਵਨ ਨੇ ਕਸ਼ਮੀਰ ਦੇ ਚਸ਼ਮਾ ਜਿਹੜਾ ਵੈਰੀ ਨਾਗ ਹੈ ਨਾ ਉਹਦੀ ਬਿਸਮਾਰ ਨਹੀਂ ਮਤਲਬ ਅਧਪੁੱਤ ਸੁੰਦਰਤਾ ਕੁਦਰਤੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਹੈ ਜਸ਼ਮੇ ਦੀ ਕੁਦਰਤੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਇਹ ਕਵਤਾ ਲਿਖੀ ਹੈ ਤੇ ਉਹਨਾਂ ਨੂੰ ਉਹਦੇ ਵਿੱਚ ਕੁਦਰਤੀ ਸੁੰਦਰਤਾ ਚ ਕੀ ਨਜ਼ਰ ਆਉਂਦਾ ਕਾਦਰ ਕਾਦਰ ਦਾ ਜਲਵਾ ਕੀ ਹੁੰਦਾ ਕਾਦਰ ਮਤਲਬ ਕੀ ਹੁੰਦਾ ਕੁਦਰਤ ਉਹਨੂੰ ਕਿਹਾ ਗਿਆ ਪ੍ਰਭੂ ਨੂੰ ਹੀ ਕਹਿੰਦੇ ਆ ਪਰਮਾਤਮਾ ਨੂੰ ਕਿਹਾ ਇਹਨਾਂ ਨੇ ਉਹਨਾਂ ਨੇ ਕਿਹਾ ਵੀ ਤੇਰੀ ਕੁਦਰਤੀ ਸੁੰਦਰਤਾ ਵਿੱਚ ਉਹਨਾਂ ਨੂੰ ਉਸ ਪਰਮਾਤਮਾ ਦਾ ਸਰੂਪ ਹੈ ਜਿਹੜਾ ਹੂ ਚਲਕਦਾ ਨਜ਼ਰ ਆਉਂਦਾ ਹੈ। ਅੰਦੀ ਵਿਆਖਿਆ ਵੈਰੀ नाग ਤੇਰਾ ਪਹਿਲਾ ਚਲਕਾ ਜਦ ਅੱਖੀਆਂ ਵਿੱਚ ਵਜਦਾ। ਹੁਣ ਇਹਦੇ 'ਚ ਕੀ ਕਹਿ ਰਹੇ ਆ ਭਾਈ ਸਾਹਿਬ? ਕਹਿੰਦੇ ਵੈਰੀ नाग ਦੇ ਚਸ਼ਮੇ ਨੂੰ ਸੰਬੋਧਨ ਕਰਕੇ ਹੋਏ ਕਹਿੰਦੇ ਆ। ਕਹਿੰਦੇ ਏ ਵੈਰੀ नाग ਚਸ਼ਮੇ ਨੂੰ ਕਹਿੰਦੇ ਕਹਿੰਦੇ ਜਦੋਂ ਵੀ ਤੇਰਾ ਅਦਭੁਤ ਨਿਹੜਾ ਨਿਆਰਾ ਹੈ। ਪਹਿਲੀ ਵਾਰ ਮੇਰੀਆਂ ਪਹਿਲੀ ਝਲਕ ਮਤਲਬ ਮੇਰਾ ਪਹਿਲੀ ਵਾਰ ਅੱਖਾਂ ਦੇ ਸਾਹਮਣੇ ਆਉਂਦਾ ਹੈ। ਤਾਂ ਤੇਰੀ ਕੁਦਰਤੀ ਸੁੰਦਰਤਾ ਦੇ ਵਿੱਚ ਕੀ ਹੈ? ਕਾਦਰਤਾ ਜਲਵਾ ਉਸ ਪ੍ਰਭੂ ਦਾ ਜਿਹੜਾ ਹੈ ਪ੍ਰਕਾਸ਼ ਹੈ। ਜਿਹੜਾ ਇੱਕਦਮ ਜਿਹੜਾ ਤੇਜ ਪ੍ਰਕਾਸ਼ ਹੁੰਦਾ ਨਾ ਅੱਖਾਂ ਨੂੰ ਚੁੰਧਿਆ ਦਿੰਦਾ ਹੈ। ਕਹਿੰਦੇ ਇਸ ਤਰ੍ਹਾਂ ਜਿਹੜੀ ਜਿਹੜੀ ਪਹਿਲੀ ਝਾਲਕ ਹੈ ਜਦੋਂ ਉਹ ਅੱਖਾਂ ਦੇ ਵਿੱਚ ਵਜਦੀ ਹੈ ਤਾਂ ਕੁਦਰਤੀ ਸੁੰਦਰਤਾ ਵਿੱਚ ਪ੍ਰਭੂ ਦਾ ਜਿਹੜਾ ਹੈ ਅੱਖਾਂ ਨੂੰ ਚੁੰਧਿਆ ਦੇਣ ਵਾਲਾ ਪ੍ਰਕਾਸ਼ ਮੈਨੂੰ ਦਿਸਦਾ। ਫਿਰ ਕੀ ਹੁੰਦਾ ਲੈ ਲੈਂਦਾ ਕਿ ਸਜਦਾ ਸਿੱਧਾ ਹੁੰਦਾ ਨਮਸਕਾਰ ਕਰਨਾ। ਕਹਿੰਦੇ ਫਿਰ ਮੇਰਾ ਕੀ ਮਨ ਅਰਦਾ ਜਿਹਨੂੰ ਦੇਖ ਕੇ ਮੇਰਾ ਸਹਿਰ ਜਿਹੜਾ ਤੇਰੇ ਅੱਗੇ ਚੁੱਕ ਜਾਂਦਾ ਰੰਗ ਫਰੋਜ਼ੀ ਝਲਕ ਬਲੌਰੀ ਡਲਕ ਮੋਤੀਆਂ ਵਾਲੀ ਤੇ ਇਹਦੇ ਚ ਕੀ ਕਹਿ ਰਿਹਾ ਕਵੀ ਕਹਿੰਦੇ ਭਾਈ ਸਾਹਿਬ ਕੀ ਕਹਿੰਦੇ ਕਹਿੰਦੇ ਤੇਰੇ ਪਾਣੀ ਦਾ ਰੰਗ ਕੀ ਹੈ ਫਰੋਜ਼ੀ ਹੈ ਤੇ ਝਲਕ ਬਲੌਰੀ ਝਲਕ ਬਲੌਰ ਕੀ ਹੁੰਦਾ ਸ਼ੀਸ਼ਾ ਜਵੇਂ ਆਪਾਂ ਕਹਿੰਦੇ ਨੇ ਬੱਚੇ ਬਲੌਰ ਖੇਡਦੇ ਵਾਂਟੇ ਉਹ ਕੱਚ ਦੇ ਹੁੰਦੇ ਐ ਤੇ ਇਸੇ ਤਰ੍ਹਾਂ ਕਹਿੰਦੇ ਤੇਰੀ ਸ਼ੀਸ਼ੇ ਵਰਗੀ ਚਮਕ ਐ ਡਲਕ ਮੋਤੀਆਂ ਵਾਲੀ ਡਲਕ ਮੀਨ ਵੀ ਮੋਤੀ ਤੇ ਉਹ ਵੀ ਜਿਹੜੀ ਤੇਰੀ ਐ ਚਲ ਕੇ ਉਹ ਮੋਤੀਆਂ ਵਰਗੀ ਆ ਰੂਹ ਵਿੱਚ ਆ ਜਜ਼ਵ ਹੋਏ ਜੀ ਵੇਖ ਵੇਖ ਕੇ ਨਹੀਂ ਰੱਜਦਾ ਤੇਰੀ ਇਹ ਅਦਭੁਤ ਤੇ ਰੱਬੀ ਸੁੰਦਰਤਾ ਜਿਹੜੀ ਹੈ ਪ੍ਰਭੂ ਕਹਿੰਦੇ ਰੂਹ ਦੇ ਵਿੱਚ ਜਜ਼ਬ ਹੁੰਦੀ ਜਾਂਦੀ ਹੈ ਉਹਨੂੰ ਕਹਿੰਦੇ ਚਸ਼ਮੀਨ ਤੇ ਦੇਖ ਦੇਖ ਕੇ ਤੈਨੂੰ ਮੇਰਾ ਜੀ ਜੜਾ ਪਰਦਾ ਨਹੀਂ ਹੈਗਾ ਹਾਂ ਜਿਗਲੇ ਪਹਿਰੇ ਚ ਕੀ ਹੈ ਨਾ ਕੋਈ ਨਾਦ ਸਰੋਦ ਸੁਨੀਵੇ ਫੇਰ ਸੰਗੀਤ ਰਸ ਹੈ ਇਹਦੇ ਚ ਵੀ ਪਹਿਲਾਂ ਮੈਂ ਉਸੇ ਤਰ੍ਹਾਂ ਪ੍ਰਸੰਗ ਪਹਿਲਾਂ ਲਿਖੂੰਗੀ ਵੀ ਆ ਕਾਪੋਟਾ ਆਧੁਨਿਕ ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਜੀ ਦੀ ਲਿਖੀ ਕਵਤਾ ਵੈਰੀ ਨਗ ਦਾ ਪਹਿਲਾ ਚਲਕਾ ਵਿੱਚੋਂ ਲਗਾਇਆ ਗਿਆ ਹੈ ਤੇ ਇਸ ਵਿੱਚ ਭਾਈ ਸਾਹਿਬ ਨੇ ਕਸ਼ਮੀਰ ਦੇ ਜਿਹੜਾ ਚਸ਼ਮਾ ਵੈਰੀ ਨਾਉ ਉਹਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਇਹ ਕਵਤਾ ਲੜੀ ਲਿਖੀ ਹੈ ਤੇ ਇਹਦੇ ਚ ਉਹਨਾਂ ਨੇ ਦੱਸਿਆ ਵੀ ਕਿਵੇਂ ਜਿਹੜਾ ਰਹਿਸਮਈ ਵਸਵਾਦ ਅਦਭੁਤ ਨਜ਼ਾਰੇ ਦੇ ਨਾਲ ਇਹ ਚਸ਼ਮੇ ਦੀ ਸੁੰਦਰਤਾ ਨੂੰ ਬਿਆਨ ਕੀਤਾ ਜਿਹੜਾ ਉਹਦੀ ਹੈ ਕਹਿੰਦੇ ਨਾ ਕੋਈ ਨਾਦ ਸਰੋਦ ਸੁਨੀਵੇ ਫੇਰ ਸੰਗੀਤ ਰਸ ਆਇਆ ਤਾਂ ਕੀ ਕਹਿੰਦੇ ਆ ਉਹ ਭਾਈ ਸਾਹਿਬ ਕੀ ਕਹਿ ਰਹੇ ਆ ਉਹਨੂੰ ਜਸ਼ਮੀਨ ਨੂੰ ਸੰਬੋਧਨ ਕਰਕੇ ਕਹਿੰਦੇ ਨਾ ਤਾਂ ਮੈਨੂੰ ਕੋਈ ਤੇਰੇ ਆਲੇ ਦੁਆਲੇ ਕੋਈ ਸੰਗੀਤ ਮਤਲਬ ਕਿ ਸੁਨਾਈ ਦੇ ਰਿਹਾ ਕੋਈ ਗਉਂਦਾ ਫੇਰ ਸੰਗੀਤ ਰਸ ਆਇਆ ਪਰ ਤੇਰੀ ਜਿਹੜੀ ਸੁੰਦਰਤਾ ਦੇ ਵਿੱਚੋਂ ਮੈਨੂੰ ਇਸ ਤਰ੍ਹਾਂ ਜਿਹੜਾ ਆਨੰਦ ਆ ਰਿਹਾ ਏ ਉਹ ਫੇਰ ਵੀ ਕਹਿੰਦੇ ਤੇਰੇ ਅਦਭੁਤ ਗ੍ਰਹਿਸ਼ ਦੇਖ ਕੇ ਨਾ ਮੈਨੂੰ ਤੇਰੇ ਚੋਂ ਸੰਗੀਤ ਦਾ ਰਾਸ ਦਾ ਜਿਹੜਾ ਛਾਇਆ ਦਿਖਾਈ ਦੇ ਰਿਹਾ ਚੁੱਪ ਚਾਨ ਪਰ ਰੂਪ ਤੇਰੇ ਵਿੱਚ ਕਵਤਾ ਰੰਗ ਜਮਾਇਆ ਸਾਰੇ ਪਾਸੇ ਤਾਂ ਕਹਿੰਦਾ ਚੁੱਪਚਾਪ ਸ਼ਾਈ ਹੋਈ ਹੈ ਪਰ ਫਿਰ ਵੀ ਕੀ ਹੈ ਤੇਰੇ ਰੂਪ ਵਿੱਚ ਕਵਤਾ ਦੀ ਸੁੰਦਰਤਾ ਨੇ ਆਪਣਾ ਆਦਪੋਤੀ ਜਿਹੜਾ ਰੂਪ ਹੈ ਉਹ ਰੰਗ ਜਮਾਇਆ ਹੋਇਆ ਸਰਦ ਸਰਦ ਪਰ ਸ਼ੂਹੀਆਂ ਤੈਨੂੰ ਰੂਹ ਸਰੂਰ ਵਿੱਚ ਆਏ ਸਰਦ ਸਰਦ ਮੀਨ ਕੀ ਹੁੰਦਾ ਠੰਡਾ ਠੰਡਾ ਪਗਨੇ ਸਰਦ ਮੀਨ ਸਰਦੀ ਠੰਡ ਕਹਿੰਦੇ ਜਦੋਂ ਤੇਰੇ ਪਾਣੀ ਨੂੰ ਠੰਡੇ ਠੰਡੇ ਨੂੰ ਸ਼ੋਨਾ ਤਾਂ ਕਹਿੰਦਾ ਰੂਹ ਸਰੂਰ ਵਿੱਚ ਆਏ ਅਮੇਰੇ ਸ਼ੂਨ ਦੇ ਨਾਲ ਕਿ ਮੇਰੀ ਰੂਹ ਨੂੰ ਇੱਕ ਸਰੂਰ ਜੈ ਮਿਲਦਾ ਸਰੂਰ ਮਤਲਬ ਹੁੰਦਾ ਮਸਤੀ ਜਿਵੇਂ ਮਸਤ ਹੋ ਜਾਣਾ ਗੈਰ ਗੰਭੀਰ ਅਡੋਲ ਸੁਹਾਵੇ ਤੈ ਕਿਆ ਜੋ ਕਮਾਇਆ ਕਹਿੰਦੇ ਤੇਰੀ ਅਵਸਥਾ ਹੈ ਨਾ ਜਿਹੜੀ ਉਹਨੂੰ ਚਸ਼ਮੇ ਨੇ ਕਹਿ ਰਹੇ ਆ ਕਹਿੰਦੇ ਇਹ ਵੀ ਜਿਹੜੀ ਹੈ ਨਾ ਇੱਕ ਗੰਭੀਰ ਇਹ ਮੈਨੂੰ ਜਾਪਦੀ ਹੈ ਵਿਭਾਵ ਡੁੰਗੇ ਅਰਥਾਂ ਵਾਲੀ ਕਹਿੰਦੇ ਅ ਅਡੋਲ ਸੁਹਾਵਨਾ ਆਤਪੁਤਰੇ ਦੇਖ ਕੇ ਨਾ ਤੇ ਭਾਈ ਸਾਹਿਬ ਉਹਨੂੰ ਕਹਿੰਦੇ ਕਹਿੰਦੇ ਮੇਰਾ ਜੀ ਕਰਦਾ ਮੈਂ ਵੀ ਤੈਨੂੰ ਕੁਐਸਚਨ ਉਹਨੂੰ ਪੁੱਛਦਾ ਹਾਂ ਕਹਿੰਦੇ ਤੈਂ ਕੀ ਹਾ ਜੋ ਕਮਾਇਆ ਕਹਿੰਦਾ ਕਿਹੜੀ ਤੂੰ ਇਹੋ ਜੀ ਜਿਹੜੀ ਕਠਨ ਸਾਧਨਾ ਜੋ ਸਾਧਨਾ ਕੀਤੀ ਹੈ ਵੀ ਜਿਹੜੇ ਕਾਰਨ ਤੇਰੇ ਵਿੱਚ ਇੰਨਾ ਆਧਪੁੱਤ ਨਾਲ ਭਰਿਆ ਪ੍ਰਭਾਵ ਆ ਜੜਾ ਉਪਜ ਰਿਹਾ ਕਹਿੰਦੇ ਮੈਨੂੰ ਤਾਂ ਇਹ ਲੱਗਦਾ ਜਿਵੇਂ ਤੂੰ ਜਿਹੜੇ ਕਠਿਨ ਸਾਧਨਾ ਤੋਂ ਤੇਰੀ ਇਹ ਉੱਚ ਅਵਸਥਾ ਨਾ ਕਿਸੇ ਕਠਨ ਸਾਧਨਾ ਤੋਂ ਪ੍ਰਾਪਤ ਹੋਈ ਲੱਗਦੀ ਹੈ ਕਹਿੰਦੇ ਇਹਨਾਂ ਜੋ ਕਮਾਣਾ ਬਹੁਤ ਔਖਾ ਸੋ ਉਸੇ ਤਰ੍ਹਾਂ ਭਾਈ ਸਾਹਿਬ ਨੂੰ ਕਹਿ ਰਹੇ ਆ ਚਸ਼ਮੀ ਨੂੰ ਵੀ ਤੇਰੀ ਜਿਹੜੀ ਇਹ ਅਵਸਥਾ ਹੈ ਨਾ ਇਹ ਇਹ ਨਹੀਂ ਕਿਸੇ ਕਠਨ ਸਾਧਨਾ ਤੋਂ ਹੀ ਮੈਨੂੰ ਪ੍ਰਾਪਤ ਹੋਈ ਇਹ ਜਾਪਦੀ ਹੈ ਸੋ ਇਹ ਹੈ ਬੇਟੇ ਇਹਦੇ ਭਾਈ ਵੀਰ ਸਿੰਘ ਜੀ ਦੀ ਦੂਜੀ ਕਵਤਾ ਬੈਰੀ ਨਾਗ ਦਾ ਪਹਿਲਾ ਚਲਕਾ ਤੇ ਇਹ ਤੁਸੀਂ ਕਰ ਲੈਣੇ ਕੇਂਦਰੀ ਭਾਵ ਤੁਹਾਨੂੰ ਫੇਰ ਭੇਜੇ ਜਾਣਗੇ ਓਕੇ